ਅਕਾਲੀ ਦਲ ਦੁਆਰਾ ਭਾਜਪਾ ਨਾਲ ਗੱਠਜੋੜ ਤੋੜਨ ਤੋਂ ਬਾਅਦ ਆਪਣੀ ਸਰਗਰਮੀ ਤੇਜ਼ ਕਰ ਦਿੱਤੀਆਂ ਗਈਆਂ ਨੇ ਅਤੇ ਸੁਖਬੀਰ ਬਾਦਲ ਦੁਆਰਾ ਆਪਣੇ ਵਰਕਰਾਂ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਆਜ਼ਾਦੀ ਤੋਂ ਪਹਿਲਾਂ ਵੀ ਅਤੇ ਆਜ਼ਾਦੀ ਦੇ ਬਾਅਦ ਵੀ ਗਰੀਬ ਮਜ਼ਦੂਰ ਕਿਸਾਨਾਂ ਦੀ ਲੜਾਈ ਅਕਾਲੀ ਦਲ ਨੇ ਲੜੀ ਹੈ ਅਤੇ ਬਾਕੀ ਪਾਰਟੀ ਸਿਰਫ ਆਪਣਾ ਫਾਇਦਾ ਦੇਖਦੇ ਨੇ। ਕਾਂਗਰਸ ਅਤੇ ਬੀਜੇਪੀ ਦੀ ਸਰਕਾਰ ਨੂੰ ਕਿਸਾਨਾਂ ਦੀ ਪਾਰਟੀ ਨਹੀਂ ਕਿਹਾ ਜਾਂਦਾ, ਸਿਰਫ ਅਕਾਲੀ ਦਲ ਨੂੰ ਹੀ ਕਿਸਾਨਾਂ ਦੀ ਪਾਰਟੀ ਕਿਹਾ ਜਾਂਦਾ ਹੈ। ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਲਈ ਪਹਿਲਾਂ ਵੀ ਬਹੁਤ ਲੰਬੀ ਲੜਾਈ ਲੜੀ ਹੈ ਅਤੇ ਅੱਗੇ ਵੀ ਉਹ ਸੰਘਰਸ਼ ਜਾਰੀ ਰੱਖਣਗੇ। ਦੁਨੀਆ ਦੀ ਇਕੱਲੀ ਕੋਈ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ। ਆ ਜਾਓ ਭਾਜੀ, ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੋਇਆ ਇੱਧਰ ਆ ਜਾਓ ਇੱਥੇ ਆ ਪਿੱਛੇ ਆਜ਼ਾਦੀ ਤੋਂ ਪਹਿਲੇ ਵੀ ਆਜ਼ਾਦੀ ਤੋਂ ਬਾਅਦ ਵੀ ਜੇ ਗਰੀਬ ਕਿਸਾਨ ਮਜ਼ਦੂਰ ਦੀ ਲੜਾਈ ਲੜੀ ਸ਼੍ਰੋਮਣੀ ਅਕਾਲੀ ਦਲ ਨੇ ਲੜੀ। ਅੱਜ ਹਿੰਦੁਸਤਾਨ ਸਾਰੀਆਂ ਪਾਰਟੀਆਂ ਦਾ ਮੇਲ ਬਣ ਲਈਏ, ਵੱਡੀ ਤੋਂ ਵੱਡੀ ਪਾਰਟੀ ਤੋਂ ਲੈ ਕੇ ਛੋਟੀ ਪਾਰਟੀ ਨੂੰ ਦੇਖੀਏ, ਆ ਪਾਰਟੀਆਂ ਦਾ ਸੂਟ ਕੀ ਹੈ, ਪਾਰਟੀਆਂ ਦਿਲੋਂ ਕੀ ਲੜਾਈ ਲੜਦੀਆਂ। ਜੇ ਤੁਸੀਂ ਪੂਰੇ ਹਿੰਦੁਸਤਾਨ ਦੀਆਂ ਪਾਰਟੀਆਂ ਦੇਖੋਗੇ, ਕਿਸਾਨਾਂ ਦੀ, ਖੇਤ ਮਜ਼ਦੂਰ ਤੇ ਗਰੀਬਾਂ ਦੀ ਪਾਰਟੀ ਇਕੱਲੀ ਸ਼੍ਰੋਮਣੀ ਅਕਾਲੀ ਦਲ ਹੈ। ਕਾਂਗਰਸ ਨੂੰ ਕਿਸਾਨਾਂ ਦੀ ਪਾਰਟੀ ਨਹੀਂ ਕਿਹਾ ਜਾਂਦਾ, ਬੀਜੇਪੀ ਨੂੰ ਕਿਸਾਨਾਂ ਦੀ ਪਾਰਟੀ ਨਹੀਂ ਕਿਹਾ ਜਾਂਦਾ, ਕਾਮਰੇਡਾਂ ਨੂੰ ਕਿਸਾਨਾਂ ਦੀ ਪਾਰਟੀ ਨਹੀਂ ਕਿਹਾ ਜਾਂਦਾ, ਮੁਲਾਇਮ ਸਿੰਘ ਨੂੰ ਵੀ ਕਿਸਾਨਾਂ ਦੀ ਪਾਰਟੀ ਨਹੀਂ ਕਿਹਾ ਜਾਂਦਾ, ਨਾ ਸ਼ਿਵ ਸੈਨਾ ਨੂੰ ਕਿਹਾ ਜਾਂਦਾ ਇਕੱਲਾ ਸ਼੍ਰੋਮਣੀ ਅਕਾਲੀ ਦਲ। ਮੈਂ ਪਾਰਲੀਮੈਂਟ ਵੀ ਗਿਆ ਸੀ, ਪੰਜਾਬੀ ਦੇ ਬਾਅਦ ਦੇ ਤਿੰਨ ਲੀਡਰਾਂ ਦਾ ਨਾਂ, ਭਾਵੇਂ ਤਾਮਿਲਨਾਡੂ ਚਲੇ ਜਾਓ, ਭਾਵੇਂ ਵੈਸਟ ਬੰਗਾਲ ਚਲੋ, ਕਿਸੇ ਕਿਸਾਨ ਨੂੰ ਪੁੱਛ ਲਓ ਆਜ਼ਾਦੀ ਦੇ ਬਾਅਦ ਕਿਹੜੇ ਤਿੰਨ ਲੀਡਰ, ਕਿਹੜੇ ਲੀਡਰ ਪੈਦਾ ਹੋਏ ਜਿਹਨਾਂ ਨੇ ਕਿਸਾਨੀ ਲੜਾਈ ਲੜੀ, ਤਾਂ ਪ੍ਰਕਾਸ਼ ਸਿੰਘ ਜੀ ਬਾਦਲ ਦਾ ਨਾਮ ਲੈ ਕੇ, ਚੌਧਰੀ ਦੇਵੀ ਰਾਮ ਦਾ ਨਾਮ, ਚੌਧਰੀ ਚਰਨ ਸਿੰਘ ਦਾ ਨਾਮ, ਤਿੰਨਾਂ ਦੇ ਨਾਲ ਕਿਸਾਨੀ ਨਾਲ ਜੁੜੇ ਆ, ਸਾਰਾ ਜੀਵਨ ਹੀ ਉਹਨਾਂ ਨੇ ਲੜਾਈਆਂ ਲੜਦੇ ਰਹੇ। ਪ੍ਰਕਾਸ਼ ਸਿੰਘ ਜੀ ਬਾਦਲ ਦਾ ਜੀਵਨ ਹੀ ਤੁਹਾਡੇ ਨਾਲ ਤੁਸੀਂ ਜਾਣਦੇ, ਮੈਥੋਂ ਜ਼ਿਆਦਾ ਤੁਸੀਂ ਜਾਣਦੇ ਹੋ, ਜੋ ਲੜਾਈਆਂ ਲੜੀਆਂ ਇਹ ਜਿਹੀਆਂ ਲੜਾਈਆਂ ਸੀ ਕਿ ਇਹ ਨਹੀਂ ਪਤਾ ਸੀ ਕਿ 2 ਸਾਲ ਜੇਲ੍ਹ ਚ ਰਹਿਣਾ ਭਾਵੇਂ 10 ਸਾਲ, ਕਿਸੇ ਨੂੰ ਕੋਈ ਪਤਾ ਨਹੀਂ, ਬਗੈਰ ਅੰਦਾਜ਼ਾ ਲਾਏ ਛਾਲ ਮਾਰ ਦਿੰਦੇ ਸੀ। ਮੈਨੂੰ ਯਾਦ ਹੈ ਜਦੋਂ ਐਮਰਜੈਂਸੀ ਦੀ ਗੱਲ ਆਈ, ਪੂਰੇ ਦੇਸ਼ ਦੇ ਲੀਡਰ ਇਕੱਠੇ ਹੋਏ, ਇੰਦਰਾ ਗਾਂਧੀ ਦੇ ਫੈਸਲੇ ਦੇ ਖਿਲਾਫ ਫੈਸਲਾ ਕੀਤਾ ਲੜਾਈ ਲੜਨੀ ਹੈ, ਸਭ ਤੋਂ ਪਹਿਲੇ ਜੇਲ੍ਹਾਂ 'ਚ ਭਰਨੀਆਂ ਪੈਣੀਆਂ, ਸਾਰਾ ਫੈਸਲਾ ਕੀਤਾ ਤੇ ਉਸ ਲੜਾਈ ਦੀ ਅਗਵਾਈ ਵੀ ਪੂਰੇ ਦੇਸ਼ ਦੇ ਪਹਿਲੇ ਦਿਨ ਜੇ ਕੋਈ ਜਥਾ ਲੈ ਕੇ ਗਿਆ ਗਾਂਧੀ ਪਰਿਵਾਰ ਦੇ ਖਿਲਾਫ, ਤਾਂ ਪ੍ਰਕਾਸ਼ ਸਿੰਘ ਜੀ ਬਾਦਲ ਸਨ। ਮੈਨੂੰ ਮਾਣ ਨਾ ਕਹਿ ਸਕਦਾ, ਮੈਂ ਉਸ ਜਥੇਬੰਦੀ ਦਾ ਮੁੱਖ ਸੇਵਾਦਾਰ ਹਾਂ, ਮੈਂ ਪਾਰਲੀਮੈਂਟ ਗਿਆ, 90,000 ਲੋਕ ਗ੍ਰਿਫਤਾਰ ਪੂਰੇ ਦੇਸ਼ ਹੋਏ ਐਮਰਜੈਂਸੀ ਦੇ ਦੌਰਾਨ, ਉਹਨਾਂ ਚੋਂ 60,000 ਸ਼੍ਰੋਮਣੀ ਅਕਾਲੀ ਦਲ ਚੱਲੇ। ਆ ਜਿਹੜਾ NDA ਹੈ, NDA ਕਿਸੇ ਦੀ ਜਾਇਦਾਦ ਨਹੀਂ ਹੈ, NDA ਨੂੰ ਬਣਾਉਣ ਵਾਲੇ ਕੌਣ ਹੈ, ਪ੍ਰਕਾਸ਼ ਸਿੰਘ ਬਾਦਲ ਦੇ ਵੀਰ ਪੁੱਤਰ, ਉਦੋਂ ਚੌਧਰੀ ਚਰਨ ਸਿੰਘ ਨੂੰ, ਚੌਧਰੀ ਦੇਵੀਲਾਲ ਨੂੰ, ਸਾਰਿਆਂ ਨੂੰ ਇਕੱਠਾ ਕਰਕੇ ਕਾਂਗਰਸ ਦੇ ਖਿਲਾਫ NDA ਬਣਾਇਆ ਗਿਆ ਸੀ, ਕਾਂਗਰਸ ਦੇ ਜ਼ੁਲਮਾਂ ਦੇ ਖਿਲਾਫ NDA ਬਣਾਇਆ ਗਿਆ ਸੀ। ਉਦੋਂ BJP ਦੇ ਵੀ 2 ਏਮਪੀ ਸੀ, ਹੁਣ ਜਦੋਂ 350 ਹੋ ਗਏ ਫਿਰ NDA ਦਾ ਇਹ ਪੁੱਛਿਆ ਨੀ ਕਿਸੇ ਨੂੰ, ਪੁੱਛਿਆ ਹੀ ਨਹੀਂ। ਮੈਨੂੰ ਪ੍ਰੈਸ਼ਰ ਪੁੱਛਿਆ ਸੀ ਤੁਸੀਂ NDA ਦਾ ਹਿੱਸਾ ਹੈ ਨਾ, ਮੈਂ ਕਿਹਾ NDA ਕੀ ਚੀਜ਼ ਹੈ, ਪਹਿਲੇ ਮੈਨੂੰ ਐਂ ਦੱਸੋ। 7 ਸਾਲ ਹੋ ਗਏ ਜਦੋਂ ਵੀ ਮੋਦੀ ਸਾਹਿਬ ਪਹਿਲੇ ਵਾਰ ਪ੍ਰਧਾਨ ਮੰਤਰੀ ਬਣੇ, ਤਕਰੀਬਨ 7 ਸਾਲ ਹੀ ਮਤਲਬ ਠੀਕ ਸਰ, 7 ਸਾਲ, ਇੱਕ ਵਾਰ ਵੀ ਨਹੀਂ, ਇੱਕ ਵਾਰ ਵੀ ਨਹੀਂ,
ਐਨਡੀਏ ਦੇ ਲੀਡਰਾਂ ਦੀ ਨੂੰ ਬੁਲਾਇਆ ਹੋਏ, ਐਨਡੀਏ ਦੇ ਪਾਰਟੀਆਂ ਦੇ ਪ੍ਰਧਾਨਾਂ ਨੂੰ ਬੁਲਾਇਆ ਹੋਏ, ਚਾਹ ਤੇ ਬੁਲਾਇਆ ਹੋਏ ਤੇ ਪੁੱਛਿਆ ਹੋਏ ਕਿ ਤੁਹਾਡੇ ਸੂਬੇ 'ਚ ਆਪਾਂ ਕਿਵੇਂ ਇਕੱਠੇ ਹੋ ਕੇ ਕੀ ਕਰਨਾ। ਇੱਕ ਵਾਰ ਵੀ ਨਹੀਂ ਮੀਟਿੰਗ ਸਾਡੀ ਜਿੱਥੇ ਪੁੱਛਿਆ ਹੋਏ ਕਿ ਆਹ ਕਰਨਾ ਹੈ, ਤੁਹਾਡੀ ਕੀ ਰਾਏ ਹੈ। 370 ਲਾਤਾ ਕਿਸੇ ਨੂੰ ਕੋਈ ਪਤਾ ਨਹੀਂ, ਨੋਟਬੰਦੀ ਕਰਤੀ ਕਿਸੇ ਨੂੰ ਕੋਈ ਪਤਾ ਨਹੀਂ। ਜਿਵੇਂ ਤੁਹਾਨੂੰ ਅਖਬਾਰ ਪੜ੍ਹਦੇ ਹੁੰਦੇ ਅਸੀਂ ਪੜ੍ਹਦੇ ਹੁੰਦੇ ਸੀ। 370 ਲਾਤਾ ਫੈਸਲਾ ਕਿਆ ਹੋਇਆ ਸਾਨੂੰ ਕਿਸੇ ਨੂੰ ਕੋਈ ਪਤਾ ਨਹੀਂ। ਜਿੰਨੇ ਵੀ ਫੈਸਲੇ ਹੋਏ ਹੈ ਕਰਦੇ ਹੈ ਅੱਜ ਤੱਕ ਕਿਸੇ ਐਨਡੀਏ ਦੀ ਪਾਰਟੀ ਜੇ ਅਲਾਇੰਸ ਦੇ ਬੰਦੇ ਆ ਉਹਨੂੰ ਪੁੱਛ ਲਓ। ਮੈਂ ਕਿਹਾ ਪਾਰਲੀਮੈਂਟ, ਮੈਂ ਕਿਹਾ ਆਪ ਵੀ ਜੇ ਕਿਸਾਨਾਂ ਦੇ ਬਿੱਲ ਲਿਆਉਂਦੇ ਤੁਸੀਂ ਘੱਟ ਤੋਂ ਘੱਟ ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛ ਲੈਂਦੇ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਹਦੇ ਮੈਂ ਲੱਗਦਾ 95-96% ਲੀਟਰ ਸਾਰੇ ਖੇਤੀ ਆਪ ਕਰਦੇ ਹੈ ਤੇ ਮੈਂ ਕਹਿੰਦਾ 100% ਵਰਕਰ ਆਪ ਖੇਤੀ ਕਰਦੇ ਹੈ। ਕਿਸਾਨੀ ਵਾਲੇ ਕਿਸਾਨੀ ਦੀ ਕੀ ਮੁਸ਼ਕਲ ਹੈ, ਕਿਸਾਨੀ ਕਿਵੇਂ ਖੁਸ਼ ਹੋ ਸਕਦੀ ਹੈ, ਕਿਵੇਂ ਪੰਜੇ ਅਦੇਸ਼ ਦੀ ਕਿਸਾਨੀ ਹੋਰ ਵੱਧ ਸਕਦੀ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਿਹਤਰ ਕੋਈ ਜਾਣ ਨਹੀਂ ਸਕਦਾ, ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਤੋਂ ਬਿਹਤਰ ਕੋਈ ਜਾਣ ਨਹੀਂ। ਮੈਂ ਕਿਹਾ ਦੇਸ਼ ਬੁਰਾ ਹਾਲ ਸੀ 30-40 ਸਾਲ ਪਹਿਲੇ, ਅਮਰੀਕਾ ਕੈਨੇਡਾ ਤੋਂ ਕਣਕ ਮੰਗਵਾਉਂਦੇ ਸੀ, ਆਪਣੇ ਕੋਲੇ ਖਾਣ ਨੂੰ ਕੁਛ ਨਹੀਂ ਸੀ। ਉਦੋਂ ਪੰਜਾਬ ਨੇ ਜ਼ਿੰਮੇਵਾਰੀ ਸੰਭਾਲੀ, ਪੰਜਾਬੀਆਂ ਨੇ ਆਪਣੇ ਖੂਨ ਪਸੀਨਾ ਵਹਾ ਕੇ ਇੱਕ ਇੰਚ ਜ਼ਮੀਨ ਦੀ ਵਾਹੀ ਤਿਆਰ ਕੀਤੀ ਪੰਜਾਬ ਨੇ। ਤੇ ਮੈਂ ਉਹਨਾਂ ਨੂੰ ਕਿਹਾ ਜਿਹੜੀ ਤੁਸੀਂ ਅੱਜ ਮੰਡੀਆਂ ਦੀ ਗੱਲ ਕਰ ਰਹੇ ਹੋ ਕਿ ਅਸੀਂ ਦੇਸ਼ ਵਿੱਚ ਮੰਡੀਆਂ ਲਾਵਾਂਗੇ ਪ੍ਰਾਈਵੇਟ, ਮੈਂ ਕਿਹਾ ਕੋਈ ਪ੍ਰਾਈਵੇਟ ਲਾਉਣ ਦੀ ਲੋੜ ਨਹੀਂ। ਤੁਸੀਂ ਪੰਜਾਬ 'ਚ ਆ ਕੇ ਦੇਖੋ ਕਿਵੇਂ ਮੰਡੀਆਂ ਬਣੀਆਂ। 12,000 ਸਾਡੇ ਪਿੰਡ ਹੈ, 1900 ਮੰਡੀ ਬਣੀ ਹੈ, ਹਰ 6-7 ਪਿੰਡਾਂ ਵਿੱਚ ਮੰਡੀ ਹੈ। ਜਿੰਨੀਆਂ ਵੀ ਮੰਡੀਆਂ ਬਣੀਆਂ ਮਤਲਬ 80-90% ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਬਣਾਈਆਂ, ਕਿਤੇ ਹੋ ਕੇ ਬਣੀਆਂ ਬਣਾਈਆਂ। ਜਿੰਨੇ ਵੀ ਪਿੰਡਾਂ ਨੂੰ ਮੰਡੀਆਂ ਨਾਲ ਜੋੜਿਆ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਜੋੜਿਆ, ਜਿੰਨੇ ਵੀ ਪੰਜਾਬ 'ਚ ਤਸਕੀਆਂ ਕੱਢੀਆਂ, ਨਹਿਰਾਂ ਕੱਢੀਆਂ, ਆ ਡੈਮ ਬਣਾਏ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ ਬਣਾਏ ਕਿ ਪਾਣੀ ਲੈ ਕੇ ਖੇਤੀ ਜਾ ਸਕੇ, ਪੱਕੇ ਖਾਣ ਦੀ ਸਕੀਮ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੀ ਸੀ, ਟਰੈਕਟਰਾਂ ਦੇ ਟੈਕਸ ਲੈਂਦਾ ਸੀ ਮਾਫ ਕੀਤਾ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ। ਉੱਤਰ ਪ੍ਰਦੇਸ਼ ਵੱਡਾ ਸੂਬਾ ਹੈ, ਮਤਲਬ ਲੱਖ ਤੋਂ ਲੱਖ ਟਿਊਬਲ ਕਨੈਕਸ਼ਨ ਹੈ, ਕਦੋਂ ਲੈਣੀ। ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੇ 14 ਲੱਖ ਟਿਊਬਲ ਕਨੈਕਸ਼ਨ ਦਿੱਤੇ, ਅਸੀਂ ਆਪਣਾ ਪਾਣੀ ਦੇਸ਼ ਖਾਤਰ ਕੁਰਬਾਨ ਕਰਤਾ। 1 ਕਿਲੋ ਚੌਲ ਪੈਦਾ ਕਰਨ ਵਾਸਤੇ, 1 ਕਿਲੋ ਚੌਲ ਪੈਦਾ ਕਰਨ ਵਾਸਤੇ 5,000 ਲੀਟਰ ਪਾਣੀ ਚਾਹੀਦਾ ਹੈ, 5,000 ਲੀਟਰ। ਦੇਖੋ ਪੂਰੇ ਦੇਸ਼ ਨੂੰ, ਮੈਂ ਕਿਹਾ ਅੱਜ ਬੈਠੇ ਤਾਮਿਲਨਾਡੂ ਦੇ MP, ਮਹਾਰਾਸ਼ਟਰ ਦੇ MP, ਬੈਠੇ ਨਾਗਾਲੈਂਡ ਦੇ MP, ਜਿਹੜਾ ਚੌਲ ਖਾਂਦੇ ਉਹ ਬਾਦਲਾ ਪੰਜਾਬ ਦੇ ਲੋਕਾਂ ਨੂੰ ਭੇਜਿਆ, ਜਿਹੜੀ ਕਣਕ ਖਾਂਦੇ ਉਹ ਪੰਜਾਬ ਦੇ ਲੋਕਾਂ ਨੂੰ ਭੇਜਿਆ। ਤੇ ਜੇ ਤੁਸੀਂ ਫੈਸਲਾ ਕਿਸਾਨੀ ਦਾ ਕਰਨਾ ਤੁਸੀਂ ਸਾਨੂੰ ਪੁੱਛਣਾ ਹੀ ਨਹੀਂ, ਤੇ ਫਿਰ ਬਸ ਆਪਾਂ ਭਾਈ ਵਾਲ ਕਿਸ ਪਾਸੇ। ਜਦੋਂ ਕੈਬਨਿਟ 'ਚ ਆਇਆ ਐਸਾ ਉਦੋਂ ਐ ਨਹੀਂ ਕਿ ਇੱਕ ਦਿਨ ਪਹਿਲੇ ਪਹਿਲੇ ਦੱਸਿਆ ਹੋਇਆ ਕਿ ਕੈਬਨਿਟ ਦਾ ਕਰਨਾ, ਟੇਬਲ 'ਤੇ ਲਿਆ ਕੇ ਰੱਖਤਾ ਕਿ ਆਹ ਅਸੀਂ ਅੱਜ ਫੈਸਲਾ ਕਰ ਰਹੇ ਹਾਂ। ਹਰਸਿਮਰਤ ਕੌਰ ਨੇ ਉਦੋਂ ਹੀ ਮੋਦੀ ਸਾਹਿਬ ਨੂੰ ਕਿਹਾ ਆਹ ਫੈਸਲਾ ਹਾਲੇ ਨਾ ਕਰੋ ਤੁਸੀਂ ਇਹਦੇ 'ਚ। ਮੈਂ ਦੇਖਿਆ ਕਈ ਚੀਜ਼ਾਂ ਜਿਹੜੀਆਂ ਕਿਸਾਨਾਂ ਦੇ ਵਿਰੁੱਧ ਹੱਕ 'ਚ ਨਹੀਂ, ਕਿਸਾਨਾਂ ਨੂੰ ਸਾਰਿਆਂ ਨੂੰ ਪੁੱਛ ਕੇ ਇਹਨੂੰ ਅੱਗੇ ਲੈ ਜਾਓ, ਕਿਉਂਕਿ ਉਹ ਤਾਂ 1.25 ਲੱਖ ਕੱਲੀ ਹੈ। ਉਹਨੂੰ ਕਹਿਣ ਲੱਗੇ ਕਿ ਹਲੇ 2 ਮਹੀਨੇ ਹੈ, 2-3 ਮਹੀਨੇ ਹੈ, ਜਦੋਂ ਐਕਟ ਬਣੂਗਾ ਉਦੋਂ ਜੋ ਤੁਸੀਂ ਕਹੋਗੇ ਪੁੱਛ ਕੇ ਲਿਆਓ, ਅਸੀਂ ਵਿੱਚ ਪਾ ਲਾਂਗੇ। ਫਿਰ ਵੀ ਲਿਖਤ ਹਰਸਿਮਰਤ ਨੇ ਲਿਖਤ ਆਪਣੀ ਵਿਰੋਧ ਲਿਖ ਕੇ ਦਿੱਤਾ, ਲਿਖਤ ਅੱਜ ਤੱਕ ਇਸ ਨੇ ਲਿਖਿਆ ਨਹੀਂ ਹੋਣਾ, ਨਹੀਂ ਤਾਂ ਕਰਦੇ ਹੈ ਮੰਤਰੀਆਂ ਨੂੰ ਹੁਣ ਲਿਖਿਤ ਰਿਕਾਰਡ
फिर पिछले दो महीने जो ऑर्डिनेंस बन गया असि क्या घट्टो घट चीजा ना पवाओ ये किसानों के हाथ पहला दो महीनिया जिन्या किसान जथेबंदियां सारे पुछ लो मैं आप मिले मैं क्या दसो आप कर सकते लिस्टा बना लेंगे आ चाहिए आ चाहिए आ चाहिए आ चाहिए आ चाहिए मैं जितने किसानी के संबंध विद्वान है अपने वर्कर है साड़ी लीडरशिप है सारे असं पता लगता घट्टो घट्ट दो महीनों के अंदर घट्टो घट्ट 20-25 मीटिंगा की ਜਿਵੇਂ ਲਿਸਟ ਬਣਦੀ ਸੀ ਅਸੀਂ ਸਿੱਧਾ ਸੈਂਟਰ ਸਰਕਾਰ ਕੋਲ ਜਾਂਦੇ ਸੀ ਕਿ ਐਕਟ ਬਣਾਉਣ ਵਾਲਿਓ ਆਹ ਚੀਜ਼ਾਂ ਚਾਹੀਦੀਆਂ ਐਮ ਐਸ ਪੀ ਦਾ ਡਰ ਸੀ ਖਰੀਦ ਦਾ ਡਰ ਸੀ ਮੰਤਰੀ ਕੋਲ ਜਾ ਕੇ ਨਾ ਮੈਂ ਲਿਖ ਕੇ ਦੇ ਦਿੰਦਾ ਮੈਂ ਕਿਹਾ ਵਿਭਾਗੀ ਲਿਖ ਕੇ ਦੇਵਾਂ ਉਹਨੇ ਮੈਨੂੰ ਚਿੱਠੀ ਭੇਜੀ ਲਿਖ ਕੇ ਕਿ ਐਮ ਐਸ ਪੀ ਰਹੂਗੀ ਜਾਂ ਫਿਰ ਮੈਂ ਵਿਦਵਾਨਾਂ ਨਾਲ ਗੱਲ ਕੀਤੀ ਤੇ ਇੱਥੇ ਵਕੀਲਾਂ ਨਾਲ ਗੱਲ ਕੀਤੀ ਤੇ ਉਹਨੇ ਕਿਹਾ ਚਿੱਠੀ ਦਾ ਕਬੂਲ ਨਹੀਂ ਕੋਈ ਮੰਡੀ ਮੁਕਰ ਨੇ ਚਿੱਠੀ ਕੀ ਹੈ ਕਹਿੰਦਾ ਕਾਨੂੰਨ ਵਿੱਚ ਕੋ ਕਾਨੂੰਨ ਚ ਜਿਹੜਾ ਕਾਨੂੰਨ ਐਕਟ ਲੈ ਕੇ ਆ ਰਿਹਾ ਉਹਨੇ ਲਿਖਿਆ ਥੱਲੇ ਚਾਰ ਦੋ ਤਿੰਨ ਸਮਿਆਂ ਲਿਖਿਆ ਜਾਏ ਕਿ ਐਮ ਐਸ ਪੀ ਰਹੂਗੀ ਐਮ ਐਸ ਪੀ ਲੀਗਲ ਰਾਈਟ ਹੈ ਜਿਵੇਂ ਰਾਈਟ ਟੂ ਐਜੂਕੇਸ਼ਨ ਹੈ ਰਾਈਟ ਟੂ ਫੂਡ ਹੈ ਕਿਸਾਨਾਂ ਵਾਸਤੇ ਰਾਈਟ ਟੂ ਐਮ ਐਸ ਪੀ ਚਾਹੀਦਾ ਐਮ ਐਸ ਪੀ ਫ੍ਰੀ ਚਾਹੀਦਾ ਅਸੀਂ ਗਏ ਵਾਪਸ ਅੱਗੇ ਆਹ ਚੀਜ਼ਾਂ ਸਾਨੂੰ ਚਾਹੀਦੀਆਂ ਐਕਟ ਲਈ ਚਿੱਠੀ ਰਾਣੀ ਕੁਲਵਾਉਣੀ ਫਿਰ ਉਹ ਕਾਨੂੰਨ ਜਾਂ ਕਰਨ ਲੱਗੇ ਪੁੱਛਦੇ ਆ ਦੇਖਦੇ ਆ ਲੀਗਲ ਓਪੀਨੀਅਨ ਲੈਂਦੇ ਆ ਇੱਕਦਮ ਹੀ ਅਖਬਾਰ 'ਚ ਪਤਾ ਲੱਗਿਆ ਕਿ ਪਾਰਲੀਮੈਂਟ ਸੈਸ਼ਨ ਬਣਾ ਲਿਆ ਅਸੀਂ ਉਦੋਂ ਇਮੀਡੀਏਟਲੀ ਮੀਟਿੰਗ ਕੀਤੀ ਪਾਰਟੀ ਦੀ ਅਖਬਾਰਾਂ 'ਚ ਪੜ੍ਹਿਆ ਹੋਇਆ ਸੀ ਕਿਹਾ ਅਸੀਂ ਬੇਨਤੀ ਕੀਤੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕਿ ਤੁਸੀਂ ਆਹ ਐਕਟ ਨਾ ਲੈ ਕੇ ਆਓ ਫਿਰ ਵੀ ਨੇ ਮੰਨੇ ਅਸੀਂ ਫਿਰ ਅਖੀਰ 'ਚ ਉਹਨਾਂ ਨੂੰ ਬੇਨਤੀ ਕੀਤੀ ਜੇ ਤੁਸੀਂ ਲਿਆ ਨਹੀਂ ਆਇਓ ਤੁਸੀਂ ਪਾਰਲੀਮੈਂਟ ਦੀ ਕਮੇਟੀ ਨੂੰ ਭੇਜ ਦਿਓ ਆ ਪਹਿਲੀ ਵਾਰ ਨਹੀਂ ਕਿ ਪਾਰਲੀਮੈਂਟ ਦੀ ਕਮੇਟੀ ਨੂੰ ਕੋਈ ਐਕਟ ਜਾਂਦੇ ਆ ਹਜ਼ਾਰਾਂ ਐਕਟ ਜਿਹੜੇ ਵੀ ਐਕਟ ਰੋਲਾ ਪੈ ਜੇ ਉਹ ਫਿਰ ਸਰਕਾਰਾਂ ਕੀ ਕਹਿੰਦੇ ਪਾਰਲੀਮੈਂਟ ਦੀ ਕਮੇਟੀ ਨੂੰ ਭੇਜ ਦਿੰਦੇ ਜਿੱਥੇ ਸਾਰੇ ਐਮ ਪੀ ਵੱਖ ਵੱਖ ਪਾਰਟੀਆਂ ਦੇ ਬਹਿ ਜਾਂਦੇ ਆ ਫਿਰ ਜਿਹਦੇ ਜਿਹਦੇ ਵਾਸਤੇ ਬਿੱਲ ਬਣਿਆ ਉਹਨਾਂ ਨੂੰ ਬੁਲਾਉਂਦੇ ਆ ਪੁੱਛਦੇ ਆ ਕੀ ਸ਼ੰਕਾ ਹੈ ਤੁਹਾਨੂੰ ਤੇ ਜੋ ਬੁਲਾ ਕੇ ਪਰ ਉਹਨਾਂ ਨੇ ਕਹਿੰਦਾ ਕਮੇਟੀ ਵੀ ਨਹੀਂ ਪਾਉਣੀ ਕਿਉਂਕਿ ਉਹਨਾਂ ਨੂੰ ਪਤਾ ਸੀ ਸਾਡੇ ਕੋਲ 350 ਅੱਸੀ ਹੈ ਧੱਕੇ ਨਾਲ ਆਪਾਂ ਲੋਕ ਸਭਾ ਪਾਸ ਕਰ ਦਾਂਗੇ ਜਦੋਂ ਅਸੀਂ ਦੇਖਿਆ ਕਿ ਆਹ ਦਾ ਹੁਣ ਜੇ ਵੀ ਫੜ ਲਈ ਹੈ ਅਸੀਂ ਉਹੀ ਫੈਸਲਾ ਕਰ ਲਿਆ ਆਪਾਂ ਹੀ ਕਹਿ ਸਕਦੇ ਹਾਂ ਅਸੀਂ ਅਸਤੀਫਾ ਦਿੱਤਾ ਤੇ ਵੋਟ ਉਲਟ ਸਰਿਆ ਪਾਈ ਮਤਲਬ ਉਹ ਬਿੱਲ ਦੇ ਸਿੱਧੇ ਤਰੀਕੇ ਨਾਲ ਸਪੋਰਟ ਕਰ ਰਹੇ ਆ ਤੇ ਕੱਲੇ ਵੋਟ ਉਲਟ ਪਾਉਣ ਵਾਲੇ ਕੱਲਾ ਸ਼੍ਰੋਮਣੀ ਅਕਾਲੀ ਦਲ ਅਗਲੇ ਦਿਨ ਬਿਆਨ ਦਿੱਤਾ ਵੋਟਾਂ ਤਾਂ ਪਈਆਂ ਤੇ ਫਿਰ ਬਿੱਲ ਇੱਕ ਪਾਸ ਹੋ ਗਿਆ ਵੋਟਾਂ ਦੇ ਗਿਆ ਉਹਦੇ ਬਾਅਦ ਫਿਰ ਵੀ ਮੈਂ ਕਿਹਾ ਦੂਜੀ ਦਿਨ ਫਿਰ ਤਾਂ ਦੂਜੇ ਬਿੱਲ ਆ ਗਏ ਮੈਨੂੰ ਵੀਰ ਜੀ ਘੱਟ ਕੇ ਦੂਜੇ ਦਿਨ ਤਾਂ ਠੀਕ ਤੱਕ ਬੈਠਣਗੇ ਦੂਜੇ ਦਿਨ ਵੀ ਮੈਂ ਹੈਰਾਨ ਹੋ ਗਿਆ ਆ ਬਿੱਟੂ ਵਾਲੇ ਬੋਲੇ ਦੂਜੇ ਬੋਲੇ ਬੋਲ ਕੇ ਭੱਜ ਕੇ ਨਿਕਲਗੇ ਖੜੇ ਨਹੀਂ ਉੱਥੇ ਅਖੀਰ ਕੀ ਦੇਖਿਆ ਕਿ ਹਾਊਸ ਦੇ ਵਿੱਚ 350 ਬੀਜੇਪੀ ਦੇ ਮੈਂਬਰ ਸੀ ਦੋ ਅਸੀਂ ਜੀ ਹੋਰ ਕੋਈ ਵਿਰੋਧੀ ਪਾਰਟੀ ਨਹੀਂ ਤੇ ਜਦੋਂ ਤੁਹਾਨੂੰ ਸਪੀਕਰ ਨੇ ਪੁੱਛਿਆ ਕਿਹੜੇ ਦੇ ਹੱਕ ਚ ਹੈ ਥਾਂ ਤੋਂ ਉਹ 350 ਲੱਗ ਜਾ ਕਰ ਹਾਂ ਤੇ ਕਹਿੰਦਾ ਕਿਹੜਾ ਨਾ ਤੋਂ ਅਸੀਂ ਪਹਿਲੇ ਦੋ ਸੀ ਅਸੀਂ ਪੂਰਾ ਜੋਰ ਲੜਿਆ ਆਪਣਾ ਗਲਾ ਖੜਾ ਹੋ ਗਿਆ ਬਟ ਨਾ ਮੈਂ ਕਿਹਾ ਅਸੀਂ ਦੇ ਅਸੀਂ ਕੋਈ ਡਰਾਮਾ ਨਹੀਂ ਕਰਦੇ ਜੋ ਜ਼ਬਾਨ ਦਿੱਤੀ ਹੈ ਤੁਸੀਂ ਯਾਦ ਕਰੋ ਮੇਰੇ ਪਿਛਲੇ ਦੋ ਮਹੀਨਿਆਂ ਦੇ ਬਿਆਨ ਕੀ ਕਹਿੰਦਾ ਹੁੰਦਾ ਸੀ ਸਾਡੇ ਵਾਸਤੇ ਨਾ ਮੰਤਰੀ ਬਣ ਜ਼ਰੂਰੀ ਹੈ ਨਾ ਅਲਾਇੰਸ ਜ਼ਰੂਰੀ ਹੈ ਸਾਡੇ ਵਾਸਤੇ ਕਿਸਾਨ ਜ਼ਰੂਰੀ ਹੈ ਬੋਲੋ